ਅੱਜ ਤੜਕਸਾਰ ਟਾਂਡਾ ਹੁਸ਼ਿਆਰਪੁਰ ਰੋਡ ਤੇ ਅੱਡਾ ਸਦਾ ਨੇੜੇ ਇੱਕ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਕਾਰ ਸਵਾਰ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੈ। ਮ੍ਰਿਤਕਾਂ ਵਿੱਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟਾਂਡਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਹੈ ਜੀ 112 ਤੋਂ, ਅਨਨੋਨ ਬੰਦੇ ਦਾ ਇੱਕ ਫੋਨ ਵੀ ਆਇਆ ਸੀਗਾ। ਇੱਕ ਇੱਥੇ ਸਰਾਂ ਦੇ ਲਾਗੇ ਨੀਅਰ ਬੋਰ ਐਚਪੀ ਪੰਪ ਘੱਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 4 ਮੌਤਾਂ ਹੋ ਗਈਆਂ, ਇੱਕ ਬੰਦਾ ਲੇਡੀ ਇੰਜਰਡ ਆ, ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ। ਮੌਕੇ 'ਤੇ ਪੁਲਿਸ ਪਾਰਟੀ ਪਹੁੰਚ ਗਈ ਆ, ਚੌਂਕੀ ਇੰਚਾਰਜ ਵੀ, SSF ਟੀਮ ਵੀ 3-4 ਮਿੰਟ ਦੇ ਵਿੱਚ ਪਹੁੰਚ ਗਈ ਆ। ਕਿੰਨੇ ਜਣੇ ਡੈਡ ਦੱਸੇ ਜਾ ਰਹੇ ਆ? 4 ਬੰਦੇ ਡੈਡ ਆ ਜੀ। ਕੁਛ ਪਤਾ ਲੱਗਾ ਗੱਡੀ ਕਿੱਥੇ ਦੀ ਆ? ਗੱਡੀ J&K ਦੇ ਨੰਬਰ ਆ ਜੀ, J&K ਦੇ ਬੰਦੇ ਆ ਸਾਰੇ।